तख्त श्री दमदमा साहिब के पूर्व जथेदार बलवंत सिंह नंदगढ़ तलवांडी साबो के जीवन ज्योति नशा मुक्ति केंद्र का दौरा किया और आशीर्वाद दिया। 2006 ਦੇ ਵਿੱਚ ਦਮਦਮਾ ਸਾਹਿਬ ਤੋਂ ਛੁੱਟ ਗਿਆ ਸੀ ਜਦੋਂ ਮੈਂ ਉਦੋਂ ਆਇਆ ਸੀ ਉੱਥੇ ਘੱਟ ਹੋ ਗਿਆ ਸੀ ਘੱਟ ਘੱਟ ਹੋ ਗਿਆ ਸੀ ਅਤੇ ਅੱਜ ਵੀ ਇੱਥੇ ਮੈਨੂੰ ਪਤਾ ਲੱਗਿਆ ਵੀ ਇੱਥੇ ਅਤੇ 2018 ਵਿੱਚ ਅੱਜ ਵੀ ਆਇਆ ਇਹ ਬੜਾ ਧੰਭਾਗ ਹੈ ਇਹ ਇਲਾਕਾ ਜਿਹੜਾ ਕਿ ਇਹ ਲੱਗੇ ਹੋਏ ਨਸ਼ੇ ਛੁਡਾਉਣ ਵਾਸਤੇ ਅਸੀਂ ਧੰਨਵਾਦ ਕਰਨ ਵਾਸਤੇ ਆਏ ਹਾਂ ਅਤੇ ਸਾਡੇ ਲੋਕ ਜਿਹੜੇ ਮੁੰਡੇ ਨੇ ਉਹਨਾਂ ਪੁੱਛਦੇ ਸੀਗੇ ਆਹ ਪਹਿਲਾਂ ਲੋਕਾਂ ਪੁੱਛਦੇ ਸੀਗੇ ਮੁੰਡੇ ਨਸ਼ਾ ਕਰ ਜਾਂਦੇ ਉੱਥੇ ਜ਼ਮੀਨ ਕਿੰਨੀ ਉਹਦੇ ਮੁੰਡੇ ਨੂੰ ਹੁਣ ਪੁੱਛਦੇ ਨਸ਼ੇ ਤਾਂ ਕਹਿੰਦਾ ਮੁੰਡਾ ਉਹਨੇ 100 ਕਿਲੋ ਦਾ ਨਸ਼ਾ ਨਾ ਕਹਿੰਦਾ ਮੈਂ ਕੱਲ੍ਹ ਨੂੰ 100 ਕਿਲੋ 100 ਵਾਲਾ ਦਾ ਖਾ ਲੂਗਾ ਇਸ ਕਰਕੇ ਇਹ ਧੰਨਵਾਦ ਹੈ ਇਹਨਾਂ ਜਿਹਨਾਂ ਨੇ ਹੁਣ ਨਸ਼ਾ ਛਡਾ ਕੇ ਆਪਣੇ ਘਰ ਭੇਜੇ ਇਹ ਜੀ ਕੀਤਾ ਹੁੰਦਾ ਅੱਜ ਇੱਥੇ ਕਿ ਬੱਚੇ ਦੇ 20-21 ਬੱਚੇ ਅੱਜ ਜੀ ਕਰਿਆ ਹੁੰਦਾ ਇੱਥੇ ਅੱਜ ਵੀ 21 ਹੁੰਦੇ ਸੀ ਇਸ ਕਰਕੇ ਜਿਹੜਾ ਇਹਨਾਂ ਨੇ ਵੀ ਕਰਿਆ ਹੁੰਦਾ ਫਿਰ ਇਹ ਨਸ਼ਾ ਨਹੀਂ ਸੀ ਪੰਜਾਬ ਵਿੱਚ ਰਹਿੰਦਾ ਪੰਜਾਬ ਵਿੱਚ ਨਸ਼ਾ ਤਾਂ ਇਹਨਾਂ ਦੀ ਅਣਗਹਿਲੀ ਕਰਕੇ ਹੋਇਆ ਗੇਰ ਕਰਨਾ ਇੰਨਾ ਬਚ ਗਿਆ ਹੁਣ ਇਹਨਾਂ ਦਾ ਅੱਜ ਇਹਨਾਂ ਦੇ ਕੱਲ 11 ਅਰਬ ਦਾ ਬਚਦੇ ਨੇ ਪਾਸ ਕੀਤੇ ਜਿਹਦੇ ਵਿੱਚ ਧਾਰਮਿਕ ਵਾਸਤੇ ਛੇਤਰ ਮਿੰਟ ਇਸ ਕਰਕੇ ਇਹ ਨਹੀਂ ਚਾਹੁੰਦੇ ਕਿ ਨਸ਼ਾ ਛੱਡ ਲਓਗੇ ਅਤੇ ਨਸ਼ਾ ਛੱਡ ਲਓ ਇਹਨਾਂ ਨੂੰ ਵੋਟਾਂ ਨਹੀਂ ਪੜੇਗੀ ਵੋਟਾਂ ਦੀ ਖਾਤਰ ਨਸ਼ੇ ਦਿਲਾਉਂਦੇ ਆ ਪਰ ਫਿਰ ਮੈਂ ਤਾਂ ਦੱਸਣਾ ਚਾਹੁੰਦਾ ਹੈ ਸੱਚੀ ਗੱਲ ਹੈ ਜਿਹੜੀ ਮੇਰੇ ਨੇ ਵਰਤੀ ਮੈਂ ਕਨੇਡਾ ਗਿਆ ਸੀ ਟਹਿਰ ਸਿੱਧਾ ਖੂਨੇ ਦਰ ਸੀਗਾ ਅਤੇ ਸਾਡੇ ਇਸ ਪਿੰਡ ਦੇ ਸੀ ਉੱਥੇ ਰਹਿੰਦੇ ਸੀ ਉਹਨਾਂ ਦੇ ਘਰ ਜਾੜਿਆ ਹੁਣ ਫਿਰ ਟਾਈਮ ਟਹਿਰ ਸਿੱਧੂ ਕਿਵੇਂ ਆ ਗਿਆ ਅਰੇ ਡਰਦਾ ਆ ਗਿਆ ਉਹਨੂੰ ਚਿੱਟੇ ਵਾਲੇ ਨੂੰ ਬਚ ਕੇ ਇੱਥੇ ਚਿੱਟਿਆ ਕਿਵੇਂ ਆ ਗਿਆ ਮਤਲਬ ਤੂੰ ਇਹਨਾਂ ਨੂੰ ਕੋਈ ਡਰਦਾ ਅਦਾ ਕਿ ਮੁੰਡਿਆਂ ਦਾ ਕਿ ਐਸ ਓ ਆਈ ਬਣੇ ਸੀ ਮੇਰੇ ਦਾ 9000 ਮੁੰਡਿਆਂ ਦਾ ਉਹਦੇ 'ਚ ਇਹਨਾਂ ਨੇ ਭਰਤੀ ਕਰਿਆ ਹੈ ਉਹ ਆਦਾ ਕਿ ਭੁੱਜਾਂ ਤੋਂ ਜਾਂਦੇ ਤੜਕੇ ਮੈਂ 4 ਮੁੰਡੇ ਪਿੰਡ ਦੇ ਪੁੱਛਦੇ ਇੱਕ ਮੁੰਡਾ ਸਾਡੇ ਪਿੰਡ ਦਾ ਸੀ ਮੈਂ ਆਖਿਆ ਤੂੰ ਕਿਉਂ ਫਸਿਆ ਅੱਜ ਤੇਰਾ 4 ਮੁੰਡੇ ਫਸਿਆ ਤਾਂ ਮੈਂ ਆਦਾ ਕਿ ਲੱਗ ਗਿਆ ਚਿੱਟਾ ਕਰਨਾ ਕਿਵੇਂ ਲੱਗ ਗਿਆ ਕਿ ਅਤੇ ਅਦਾ ਕਿ ਤੜਕੇ ਸਾਨੂੰ ਸੱਦਦੇ ਸੀ ਅਸੀਂ ਕਸ਼ਮੀਰ ਜਿੰਦਾਬਾਦ ਦੇ ਨਾਲ ਰਹਿੰਦੇ ਪੱਤੇ ਸਮਾਂ ਦਾ ਕਿ ਅਖਬਾਰ ਦੇ ਤੜਕੇ ਰਸਗੁੰਡਾ ਵੀ ਪੱਕ ਹੁੰਦੇ ਉਹਦਾ ਜਦੋਂ ਅਸੀਂ ਉਹਦਾ ਕਿ ਪੱਕ ਕੇ ਕਰਦੇ ਅਸੀਂ ਕੀ ਕਰੀਏ ਕਿ ਉੱਠਿਆ ਨਾ ਜਾਵੇ ਉਹਦਾ ਵਿੱਚੋਂ ਪਈ ਉਹਦਾ ਵੇਚਦੇ ਹੁੰਦਾ ਸੀ ਇਸ ਕਰਕੇ ਸਿਆਸੀ ਲੋਕ ਜਿਹੜੇ ਇਹਨਾਂ ਤੋਂ ਬਚ ਕੇ ਰਹਿਣੇ ਚਾਹੀਦੇ ਤੁਹਾਨੂੰ ਇਹਨਾਂ ਗੱਲਾਂ 'ਚ ਨਹੀਂ ਹੋਣਾ ਚਾਹੀਦਾ ਇਹਨਾਂ ਨੇ ਜਿਹੜਾ ਸਮਾਜ ਦਾ ਬੜਾ ਘਾਣ ਕੀਤਾ ਹੈ ਸੋ देश विदेश टीवी के लिए तलवांडी साबो से गुरमीत वर्मा और दर्शन सिंह की रिपोर्ट। नवियां अते ताजियां खबरां देखन ले साडे यूट्यूब चैनल देश विदेश टीवी नू लाइक शेयर सब्सक्राइब किता जावे।